ਜਿਦਾ ਦਿਲ ਕਰੇ ਮੇਰਾ ਸਿੱਕਾ ਚੱਲੇ ਨਾ, ਜਿਦਾ ਦਿਲ ਕਰੇ ਕੁਝ ਹੋਵੇ ਪੱਲੇ ਨਾ, ਹਰ ਬੰਦਾ ਸੋਚੇ ਮੇਰਾ ਸਰਨੇਮ ਸੋਹਣਾ, ਹਰ ਦਿਲ ਕਰੇ ਜਿੱਤਣਾ ਮੈਦਾਨ ਕੱਲਾ। ਸੋ ਵੈਲਕਮ ਬੈਕ ਗਾਇਜ਼, ਕੀ ਹਾਲ ਚਾਲ, ਸਭ ਤੋਂ ਪਹਿਲੀ ਸਾਰੇ ਵਧੀਆ ਹੋਵੋਗੇ। ਹਸਲੇ ਵਿੱਕੀ ਕਰਨ ਔਜਲਾ ਮਨੇ ਲਾਉਂਗੇ ਸਾਗਰ ਦੇ। ਕਰਨ ਔਜਲਾ ਕਿਆ ਮਤਲਬ, ਕੀ ਕੋਈ ਫੀਚਰ ਹੈ ਕਰਨ ਔਜਲੇ ਦਾ? ਥੱਲੇ ਹੈ ਨਹੀਂ, ਉੱਤੇ ਲਿਖਿਆ। ਚਲੋ ਦੇਖਦੇ ਹਾਂ ਕੀ ਚੀਜ਼ ਹੈ। ਆ ਜਾਓ ਹਸਲੇ ਵਿੱਕੀ। ਓਕੇ, ਬਲੈਕ ਐਂਡ ਵਾਈਟ ਵੀਡੀਓ ਹੈ। ਆਓ ਜਿਗਰਾ ਚਾਹੀਦਾ ਹੁੰਦਾ ਗੇਮ ਪਾਉਣ ਲਈ, ਹਰ ਬੰਦਾ ਫਿਰੇ ਇੱਥੇ ਫੇਮ ਪਾਉਣ ਲਈ, ਨੀਵਾਂ ਬੰਦਾ ਦੇਖੇ ਜਦੋਂ ਉੱਚੇ ਵੱਲ ਨੂੰ, ਕਰਦਾ ਏ ਦਿਲ ਉਹ ਸੇਮ ਪਾਉਣ ਲਈ, ਕੀਦਾ ਦਿਲ ਕਰੇ ਮੇਰੀ ਜੇਬ ਹੋਵੇ ਖਾਲੀ, ਕੀਦਾ ਦਿਲ ਕਰੇ ਮੁੱਖ ਤੇ ਨਾ ਹੋਵੇ ਲਾਲੀ, ਕੀਦਾ ਦਿਲ ਕਰੇ ਵਿਆਹ ਤੋਂ ਬਾਅਦ ਚੇਂਜ ਹੋਣ ਨੂੰ, ਜ਼ਿੰਮੇਵਾਰੀ ਬਦੀ ਦੇਖੀ ਲੈ ਕੇ ਲਾਵਾਂ ਮੈਂ, ਕੀਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ, ਕੀਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ, ਕੌਣ ਚਾਹੁੰਦਾ ਇੱਥੇ ਮਰ ਮਰ ਕੇ ਜੇ ਆਉਣਾ, ਕੀਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ। ਓਕੇ, ਹਸਲਿੰਗ ਸਿੰਪਲ ਹਸਲਿੰਗ ਟਰੈਕ ਨਹੀਂ ਹੈ ਇਹ, ਕੰਮ ਲਾਈਫ ਦਾ ਵੇਰਵਾ ਹੈ। ਜਿਵੇਂ ਕਹਿ ਸਕਦੇ ਆਪਾਂ ਕਿ ਹਰ ਬੰਦੇ ਦੇ ਲਾਈਫ ਦੇ ਵਿੱਚ ਸੁਪਨੇ ਹੁੰਦੇ ਨੇ, ਕੁਛ ਉਹਦੀਆਂ ਖਾਹਿਸ਼ਾਂ ਹੁੰਦੀਆਂ, ਉਹਦੀਆਂ ਗੱਲਾਂ ਕੀਤੀਆਂ ਗਈਆਂ ਗਾਣੇ ਦੇ ਵਿੱਚ। ਬਿਲਕੁਲ ਸਹੀ ਗੱਲ ਹੈ, ਉਹਨੇ ਮੇਰੇ ਹਿਸਾਬ ਨਾਲ ਜਿਸ ਹਿਸਾਬ ਨਾਲ ਗਾਣਾ ਚੱਲਿਆ ਨਾ ਇਹ ਗਾਣੇ ਵਿੱਚ, ਸ਼ਾਇਦ ਪੂਰੀ ਓਵਰਆਲ ਇਹੀ ਇੱਦਾਂ ਹੀ ਗੱਲ ਹੋ ਗਈ, ਕਿਹਦਾ ਦਿਲ ਕਰੇ, ਕਿਹਦਾ ਦਿਲ ਕਰੇ, ਕਿਹਦਾ ਦਿਲ ਕਰੇ, ਇੱਦਾਂ ਕਰਕੇ, ਹੈ ਨਾ। ਬਿਲਕੁਲ, ਕਿਹਦਾ ਦਿਲ ਕਰੇ ਸੁੱਕੀ ਖਾਵਾਂ ਮੈਂ, ਕੀਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ, ਕੀਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ, ਕੌਣ ਚਾਹੁੰਦਾ ਇੱਥੇ ਮਰ ਮਰ ਕੇ ਜੇ ਆਉਣਾ, ਕੀਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ, ਕੀਦਾ ਦਿਲ। ਈਵਨ ਕਿ ਸਟੂਡੈਂਟਸ ਦੀ ਜਾਂ ਵਰਕ ਪਰਮਿਟ ਵਾਲਿਆਂ ਦੀ, ਹਰ ਬੰਦੇ ਦੀ ਜਿਹੜੇ ਕਿਤੇ ਵੀ ਨਹੀਂ, ਕੋਈ ਦੁਬਈ 'ਚ ਹੋਇਆ, ਰਸ਼ੀਆ, ਕਿਤੇ ਵੀ ਦੁਨੀਆਂ ਦੇ ਕਿਸੇ ਵੀ ਮੁਲਕ 'ਚ ਆਪਣੀ ਫੈਮਿਲੀ ਤੋਂ ਦੂਰ ਨੇ, ਉਹਨਾਂ ਦੀ ਵੀ ਗੱਲ ਕੀਤੀ ਗਈ ਹੈ। ਮਰ ਮਰ ਕੇ ਜੇ ਆਉਣਾ, ਕੀਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ, ਕੀਦਾ ਦਿਲ ਕਰੇ ਕੋਲੇ ਗੱਡੀ ਹੋਵੇ ਨਾ, ਕੀਦਾ ਦਿਲ ਕਰੇ ਸਾਉ ਤੇ ਛੱਡੀ ਹੋਵੇ ਨਾ, ਆਸ਼ਕ ਇਹ ਸੋਚਦਾ ਕਿ ਕੱਲਾ ਮਿਲੇ ਟਾਈਮ, ਕੁੜੀ ਨਾ ਕਬਾਬ 'ਚ ਕੋਈ ਹੱਡੀ ਹੋਵੇ ਨਾ, ਕੀਦਾ ਦਿਲ ਕਰੇ ਕੁੱਟੇ ਯਾਰਾਂ ਨਾਲ ਸਵਾਦ ਨਾ, ਲਾਈਫ ਸੀ ਸਕੂਲ ਦੀ ਕੋਈ ਫਿਕਰ ਸੀ ਯਾਦ ਨਾ। ਬਿਲਕੁਲ ਬਾਈ, ਮੈਂ ਜਿੰਨੇ ਵੀ ਮੈਨੂੰ ਸਕੂਲ ਵਾਲੇ ਸਟੈਪ ਦੇਖ ਰਹੇ ਆ ਨਾ, ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਵੀ ਇਹ ਗੱਲ ਕਹੂੰਗਾ ਕਿ ਜਦੋਂ ਅਸੀਂ ਸਕੂਲ 'ਚ ਦੇਖਦੇ ਯਾਰ, ਛੁੱਟੀ ਕਾਲਜ ਜਾਈਓ, ਬਾਹਰ ਨਿਕਲੀਓ, ਨਜ਼ਾਰੇ ਲਈਏ, ਬੈਸਟ ਲਾਈਫ ਹੈ ਦੁਨੀਆ ਦੀ। ਮੈਂ ਤੁਹਾਨੂੰ ਅੱਜ ਲੱਗਦਾ ਉਹਨਾਂ ਕਿਹਾ ਯਾਰ ਪੜ੍ਹਾਈ ਕਰਨੀ ਪੈ ਰਹੀ ਹੈ, ਹੈ ਨਾ, ਮਤਲਬ ਪੇਪਰ ਦੇਣੇ ਪੈ ਰਹੇ ਆ, ਬਟ ਉਹ ਕੁਛ ਵੀ ਨਹੀਂ ਹੈ ਜੋ ਪ੍ਰੋਬਲਮਸ ਹੁਣ ਸਾਨੂੰ ਦੇਖਣੇ ਪੈਂਦੇ ਆ ਉਸ ਮੁਕਾਬਲੇ, ਕੁਛ ਵੀ ਨਹੀਂ ਹੈ। ਕੀਦਾ ਦਿਲ ਕਰੇ ਕਿ ਜਵਾਨੀ ਚਲੀ ਜਾਵੇ, ਕੀਦਾ ਦਿਲ ਕਰੇ ਤੋੜ ਤਾਰੇ ਨਾ ਲੈ ਆਵਾਂ ਮੈਂ, ਕੀਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ, ਕੀਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ, ਕੌਣ ਚਾਹੁੰਦਾ ਇੱਥੇ ਮਰ ਮਰ ਕੇ ਜੇ ਆਉਣਾ, ਕੀਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ, ਕੀਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ, ਕੀਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ, ਕੌਣ ਚਾਹੁੰਦਾ ਇੱਥੇ ਮਰ ਮਰ ਕੇ ਜੇ ਆਉਣਾ, ਕੀਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ ਮੈਂ, ਕੀਦਾ ਦਿਲ ਕਰੇ ਨਾ ਉਡਾਰੀ ਜਾਵਾਂ ਮਾਰ, 6 ਮਹੀਨੇ ਇੰਡੀਆ ਤੇ 6 ਮਹੀਨੇ ਬਾਹਰ, ਕੀਦਾ ਦਿਲ। ਵਾਹ ਯਾਰ, ਮਤਲਬ ਨਾਈਸ ਯਾਰ, ਮਨੀ ਲਾਉਂਗੇ ਵੀਰੇ, ਤੁਸੀਂ ਬਹੁਤ ਸੋਹਣਾ ਲਿਖਿਆ ਐਕਚੁਅਲੀ। ਮਤਲਬ ਕਈ ਵਾਰ ਬੈਠੇ ਹੀ ਗੱਲਾਂ ਕਰੀ ਜਾਂਦੇ ਯਾਰ, ਕਾਸ਼ ਰੱਬਾ ਕਦੀ ਇੰਨਾ ਪੈਸਾ ਦੇਵੇ ਕਿ, ਹੈ ਨਾ, ਮਤਲਬ ਕਿ ਨਾ ਬਹੁਤੀ ਠੰਡ ਦੇਖੀ ਤੇ ਨਾ ਬਹੁਤੀ ਗਰਮੀ ਦੇਖੀ, ਜਿਹੜੇ ਦੇਸ਼ 'ਚ ਥੋੜ੍ਹਾ ਠੀਕ ਜਿਹਾ ਮੌਸਮ ਉਸ ਦੇਸ਼ 'ਚ, ਜਿਵੇਂ ਬੰਦਾ ਬਾਅਦ ਚੋਂ ਇੱਧਰ ਠੀਕ ਹੋਵੇ ਇੱਧਰ ਆ ਜਾਵੇ, ਠੀਕ ਹੈ, ਇਹ ਹਿਸਾਬ ਤਾਂ ਹੋਇਆ ਯਾਰ, ਥੋੜ੍ਹਾ ਜਿਹਾ ਸਹੀ ਗੱਲ ਹੈ। ਕਿਹਦਾ ਦਿਲ ਕਰੇ ਸੁੱਕੀ ਖਾਵਾਂ, ਉਡਾਰੀ ਜਾਵਾਂ ਮਾਰ, 6 ਮਹੀਨੇ ਇੰਡੀਆ ਤੇ 6 ਮਹੀਨੇ ਬਾਹਰ, ਕੀਦਾ ਦਿਲ ਕਰੇ ਨਾ ਕਮਾਈ ਕਰਾਂ ਮੈਂ, ਤੀਜੇ ਦਿਨ ਘੁੰਮਣ ਲਈ ਹੋ ਜਾਵਾਂ ਫਰਾਰ, ਕੀਦਾ ਦਿਲ ਕਰੇ ਲਾਈਫ ਚਿੱਲ ਹੋਵੇ ਨਾ, ਰੂਹ ਨਾ ਖਿੜੀ ਯਾਰ ਨੂੰ ਜੇ ਮਿਲ ਹੋਵੇ ਨਾ, ਮਣੀ ਦਾ ਏ ਦਿਲ ਕਰੇ ਉੱਡੂ ਉੱਡੂ ਕਰਾਂ ਨੋਟ, ਝੜਦੇ ਜੇ ਹੁਣ ਟਾਣੀ ਨੂੰ ਹਲਾਵਾਂ ਮੈਂ, ਕੀਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ, ਕੀਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ, ਕੌਣ ਚਾਹੁੰਦਾ ਇੱਥੇ ਮਰ ਮਰ ਕੇ ਜੇ ਆਉਣਾ, ਕੀਦਾ ਦਿਲ ਕਰੇ ਫੈਮਿਲੀ ਤੋਂ ਦੂਰ ਜਾਵਾਂ। ਇਹ ਗਾਣਾ ਤਾਂ ਐਕਚੁਅਲ 'ਚ ਸਾਨੂੰ ਇੱਜ਼ਤ ਕਰਾਉਣੀ ਵੀ ਸਿਖਾ ਰਿਹਾ ਦੁਨੀਆ ਦੇ ਹਰ ਇਨਸਾਨ ਦੀ। ਪੈਸਾ ਘੱਟ ਹੈ, ਪੈਸਾ ਵੱਧ, ਪੈਸੇ ਵੱਧ ਵਾਲੇ ਦੀ ਇੱਜ਼ਤ ਤਾਂ ਸਾਰੇ ਹੀ ਕਰਦੇ ਨੇ, ਠੀਕ ਹੈ ਜੀ ਜੀ, ਉਹਨੂੰ ਸਾਰੇ ਹੀ ਕਰਦੇ ਨੇ, ਕਿਉਂਕਿ ਬੰਦਾ ਕੀ ਕਹਿੰਦਾ ਯਾਰ, ਉਹ ਪੈਸਾ ਵੱਧਦਾ ਯਾਰ, ਮਾੜੇ ਟਾਈਮ 'ਤੇ ਬੰਦਾ ਕੰਮ ਆ ਜਾਂਦਾ, ਹੈ ਨਾ, ਹਮੇਸ਼ਾ ਇਹੋ ਜਿਹੀ ਗੱਲਾਂ ਹੁੰਦੀਆਂ ਨੇ ਨਾ। ਉੱਦਾਂ ਹੀ ਜੇ ਮਤਲਬ ਬੰਦੇ ਕੋਲ ਪੈਸਾ ਪੂਸਾ ਘੱਟ ਹੈ ਥੋੜ੍ਹਾ,
ਤਾਂ ਪਤਾ ਕਹਿੰਦਾ ਛੱਡ ਯਾਰ ਇਹਨੂੰ, ਕਿਆ ਹੈ ਬਈ ਤੂੰ ਤੂੰ ਕਰਕੇ ਦੁਨੀਆ ਗੱਲ ਕਰਦੀ ਹੈ ਨਾ, ਫਿਟੇ ਮੁਤਰੇ ਬਹੁਤ ਚੀਜ਼ਾਂ ਬੋਲਦੀ ਹੈ ਦੁਨੀਆ ਫਿਰ ਉਹਨਾਂ ਨੂੰ, ਕਿਉਂਕਿ ਦੁਨੀਆ ਕਹਿੰਦੀ ਲੈ ਯਾਰ ਇਹਨੇ ਕੀ ਕੰਮ ਆਉਣਾ, ਇਹਨੇ ਤਾਂ ਸਾਨੂੰ ਵੀ ਪੰਗੇ 'ਚ ਪਾਉਣਾ ਚਾਹੀਦਾ, ਵਗਾਰ ਹੈ ਸਾਡੇ ਲਈ। ਪਰ ਕਈ ਵਾਰੀ ਘੱਟ ਪੈਸੇ ਵਾਲਾ ਬੰਦਾ ਵੱਧ ਪੈਸੇ ਵਾਲੇ ਨਾਲ ਜ਼ਿਆਦਾ ਵਧੀਆ ਤਰੀਕੇ ਨਾਲ ਖੜ ਜਾਂਦਾ। ਕਈ ਵਾਰ ਜਿੱਦਾਂ ਮੈਂ ਲੋਕ ਦੇਖਿਆ ਜਿਨ੍ਹਾਂ ਦੀ ਜੇਬ 'ਚ 1,000 ਹੁੰਦਾ ਪਰ ਉਹ 100 ਖਰਚ ਰਹੇ ਹੁੰਦੇ ਆ, ਠੀਕ ਹੈ, ਯਾਨੀ ਕਿ 10%। ਅਤੇ ਇੱਦਾਂ ਆਪਾਂ ਦੇਖਦੇ ਹਾਂ ਯਾਰ ਕਿਆ ਬਾਤ ਹੈ ਯਾਰ ਬੜੇ ਪੈਸੇ, ਕਈ ਵਾਰ ਵਿਚਾਰੇ ਕੋਲ 100 ਹੁੰਦਾ ਅਤੇ ਉਹ 50-60 ਰੁਪਏ ਦੇ ਰਹੇ ਹੁੰਦੇ ਨੇ ਕਿ ਯਾਰ ਬਾਈ ਇੰਨੇ ਕੀ ਆ ਮੇਰੇ ਕੋਲ, ਅਗਲੇ ਨੇ ਆਪਣਾ ਵੀ ਦੇਖਣਾ। ਅਤੇ ਉੱਥੇ ਆਪਾਂ ਕਹਿੰਦੇ ਲੈ ਯਾਰ ਕਿਆ ਬੰਦਾ ਯਾਰ 50 ਰੁਪਏ ਦੇ ਰਿਹਾ, ਬਟ ਪਰਸੈਂਟੇਜ ਦੇਖੋ, ਹਿੰਮਤ ਦੇਖੋ। ਕੀਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ, ਕੀਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ, ਕੌਣ ਚਾਹੁੰਦਾ ਇੱਥੇ ਮਰ ਮਰ ਕੇ ਜੇ ਆਉਣਾ, ਕੀਦਾ ਦਿਲ ਕਰੇ ਫੈਮਲੀ ਤੋਂ ਦੂਰ ਜਾਵਾਂ ਮੈਂ। ਕਰਨ ਕਰਨ ਬਾਈ ਆ ਗਿਆ ਓਏ, ਦਿਲ ਕਰੇ ਮੇਰਾ ਸਿੱਕਾ ਚੱਲੇ ਨਾ, ਕੀਦਾ ਦਿਲ ਕਰੇ ਕੁਝ ਹੋਵੇ ਪੱਲੇ ਨਾ, ਹਰ ਬੰਦਾ ਸੋਚੇ ਮੇਰਾ ਸਰਨੇਮ ਸੋਹਣਾ, ਹਰ ਦਿਲ ਕਰੇ ਜਿੱਤਣਾ ਮੈਦਾਨ ਕੱਲੇ। ਕੀਦਾ ਦਿਲ ਕਰੇ ਮੇਰਾ ਨਾਮ ਗੂੰਜੇ ਨਾ, ਕੀਦਾ ਦਿਲ ਕਰੇ ਰੋਂਦੀ ਅੱਖ ਪੂੰਜੇ ਨਾ, ਖਰਚਣ ਲੱਗੇ ਕਦੇ ਸੋਚਣਾ ਨਾ ਪਵੇ, ਠੰਡ ਵਿੱਚ ਖੁੱਲੀ ਰਮਿਆ ਚਲਾਵਾਂ ਮੈਂ। ਕੀਦਾ ਦਿਲ ਕਰਦਾ ਏ ਸੁੱਕੀ ਖਾਵਾਂ ਮੈਂ, ਕੀਦਾ ਦਿਲ ਕਰਦਾ ਏ ਮਾੜਾ ਪਾਵਾਂ ਮੈਂ, ਕੌਣ ਚਾਹੁੰਦਾ ਇੱਥੇ ਮਰ ਮਰ ਕੇ ਜੇ ਆਉਣਾ, ਕੀਦਾ ਦਿਲ ਕਰੇ ਫੈਮਲੀ ਤੋਂ ਦੂਰ ਜਾਵਾਂ ਮੈਂ। ਨਾਓ ਦੈਟ ਵਾਸ ਅ ਹੈਲ ਆਫ ਅ ਟਰੈਕ, ਬਹੁਤ ਸੋਹਣਾ ਗਾਣਾ, ਬਹੁਤ ਪਰਫੈਕਟ ਤਰੀਕੇ ਨਾਲ ਬਣਾਇਆ ਗਿਆ ਗਾਣਾ। ਗਾਣੇ ਵਿੱਚ ਮੈਨੂੰ ਕੋਈ ਕਮੀ ਨਹੀਂ ਲੱਗੀ, ਜਿਵੇਂ ਦੀ ਵੀਡੀਓ, ਇੱਕ ਦੁਨੀਆਦਾਰੀ ਦੀ ਗੱਲ ਕੀਤੀ ਗਈ ਆ, ਕੋਈ ਸ਼ੋਸ਼ੇਬਾਜ਼ੀ ਨਹੀਂ ਕੀਤੀ ਗਈ ਵੀਡੀਓ ਵਿੱਚ, ਬਹੁਤ ਸਿੰਪਲ ਵੀਡੀਓ ਬਣਾਈ ਗਈ ਹੈ, UK ਬੇਸਡ ਵੀਡੀਓ ਆ। ਕਰਨ ਵੀਰੇ ਨੇ ਵੀ ਇੱਕ ਤਰੀਕੇ ਦਾ ਰੋਲ ਵਿੱਚ ਨਿਭਾਇਆ ਆ, ਹਰ ਬੰਦੇ ਨੇ ਆਪਣਾ ਨੋਲ ਮਤਲਬ ਬੜਾ ਸੋਹਣੇ ਤਰੀਕੇ ਨਾਲ ਵਿੱਕੀ ਵੀਰੇ ਨੇ ਮਤਲਬ ਇੱਦਾਂ ਦਿਖਾਇਆ ਕਿ ਜਿਵੇਂ ਕਰਨ ਵੀਰੇ ਕੋਲ ਖੜਦੇ ਨੇ। ਹਰ ਬੰਦਾ ਆਪਣੀ ਲਾਈਫ 'ਚ ਇੱਦਾਂ ਹੀ ਹੈ, ਕਿਸੇ ਕੋ ਮੈਂ ਕਹਿੰਦਾ ਯਾਰ ਕਿ ਐਕਸਟਰਾ ਚਲੋ ਜੇ ਹੈ ਤਾਂ ਉਹ ਵੰਡੋ, ਹੈ ਨਾ, ਮਤਲਬ ਵੈਸੇ ਤਾਂ ਹਰ ਬੰਦਾ ਜਿਹਦੇ ਕੋਲ ਜਿੰਨੇ ਪੈਸੇ ਉਹ ਉਨੇ ਹੀ ਫੂਕ ਰਿਹਾ, ਠੀਕ ਆ, ਬਹੁਤ ਔਖਾ ਹਿਸਾਬ ਤਾਂ ਅੱਜ ਕੱਲ੍ਹ ਦੁਨੀਆ ਦਾ, ਜਿੰਨਾ ਪੈਸਾ ਉਨਾ ਵੱਡਾ ਖਰਚਾ ਪਾ ਲੈਂਦਾ ਬੰਦਾ, ਕਿਉਂਕਿ ਦੁਨੀਆ ਅਮੀਰ ਤੋਂ ਅਮੀਰ ਪਈ ਆ, ਅਮੀਰ ਤੋਂ ਅਮੀਰ ਚੀਜ਼ ਪਈ ਆ ਦੁਨੀਆ ਦੇ ਵਿੱਚ। ਬਟ ਕੀ ਫਸਲਿੰਗ ਗਾਇਸ, ਕੀ ਫਸਲਿੰਗ, ਦਿਨ ਆਊਗਾ, ਟਾਈਮ ਆਊਗਾ, ਅੱਜ ਤੋਂ 10 ਸਾਲ ਬਾਅਦ ਕਿਤੇ ਦੇ ਕਿਤੇ ਬੈਠੇ ਹੋਵਾਂਗੇ, ਬਾਬਾ ਮਿਹਰ ਰੱਖੇ। ਬਸ ਗਾਣਾ ਬਹੁਤ ਸੋਹਣਾ ਯਾਰ, ਬਾਕੀ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ, ਅੱਜ ਨੀਵੇਂ ਆ ਕੱਲ੍ਹ ਉੱਚੇ ਹੋ ਜਾਵਾਂਗੇ, ਕੱਲ੍ਹ ਉੱਚੇ ਹੋਵਾਂਗੇ ਪਰਸੋਂ ਫਿਰ ਨੀਵੇਂ ਹੋ ਜਾਵਾਂਗੇ, ਕੁਛ ਵੀ ਹੋ ਸਕਦਾ ਲਾਈਫ ਹੈ ਨਾ। ਰਹਿਣਾ ਤਾਂ ਕਿਸੇ ਨੇ ਵੀ ਨਹੀਂ ਧਰਤੀ 'ਤੇ 24 ਘੰਟੇ, ਮਤਲਬ ਹਮੇਸ਼ਾ ਲਈ ਧਰਤੀ 'ਤੇ ਕਿਸੇ ਨੇ ਵੀ ਨਹੀਂ ਰਹਿਣਾ ਹੈਗਾ। ਆਪਣੀ ਇਹ ਗੱਲ ਕਰਦੇ ਕਰਦੇ ਮੇਰੇ ਖਿਆਲ ਨਾਲ ਧਰਤੀ 'ਤੇ ਘੱਟ ਤੋਂ ਘੱਟ ਵੀ ਤਾਂ 200-300 ਬੰਦਾ ਤਾਂ ਇੰਨੇ 'ਚ ਪੂਰਾ ਹੋ ਗਿਆ ਹੋਣਾ, ਸੋ ਭਰੋਸਾ ਤਾਂ ਕਿਸੇ ਦਾ ਵੀ ਨਹੀਂ ਹੈਗਾ। ਬਾਕੀ ਦੈਟਸ ਆਲ, ਮੈਂ ਦੱਸਿਆ ਤੇਰਾ ਵੀ ਰਿਐਕਸ਼ਨ ਆ। ਸਤਿ ਸ਼੍ਰੀ ਅਕਾਲ।